ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਪਿਛਲਾ ਵਲੌਗ ਤੁਸੀਂ ਦੇਖਿਆ ਹੀ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ, ਅਤੇ ਅੱਜ ਦੂਸਰਾ ਦਿਨ ਆ ਅਤੇ ਸਵੇਰ ਦੇ 2:17 ਹੋ ਚੁੱਕੇ ਨੇ ਸਹੀ। ਅਤੇ ਅਸੀਂ ਹੋਟਲ ਦੇ ਵਿੱਚੋਂ ਚੱਲ ਪਏ ਦਰਬਾਰ ਸਾਹਿਬ ਨੂੰ, ਅਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ, ਅਤੇ ਇਸ਼ਨਾਨ ਕਰਕੇ ਇਦੂ ਬਾਅਦ 'ਚ ਟੇਕਾਂਗੇ ਮੱਥਾ, ਅਤੇ ਸਵੇਰ ਦੀ ਵੀ ਚਹਿਲ ਪਹਿਲ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆ ਜਾਓ ਜੀ, ਤੁਹਾਨੂੰ ਚਹਿਲ ਪਹਿਲ ਦਿਖਾਉਂਦੇ ਹਾਂ ਸਵੇਰ ਦੀ। ਰੈਡੀ ਓਕੇ ਹੋ ਗਿਆ।
ਤੇ ਅੱਜ ਹੈਗੀ ਆ ਵਾਪਸੀ ਤੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਟ੍ਰੇਨ ਦਾ ਜਿਹੜੀ ਆਪਾਂ ਕੱਲ ਬੁੱਕ ਕਰਵਾਤੀ ਸੀਗੀ ਆਪਣੀ ਸੀਟ ਬੁੱਕ ਕਰਵਾਤੀ ਸੀ ਤੇ ਅੱਜ ਵਾਪਸੀ ਕਰ ਰਹੇ ਆ ਟ੍ਰੇਨ ਤਾਂ ਵੈਸੇ ਖੜੀ ਆ ਸਟੇਸ਼ਨ ਤੇ 8:50 ਦਾ ਟਾਈਮ ਆ ਤੇ ਬਾਕੀ ਕਿੱਦਾਂ ਦਾ ਤੁਹਾਨੂੰ ਇਹ ਬਲੌਗ ਲੱਗਿਆ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਜਿਹੜਾ ਪਿਛਲਾ ਬਲੌਗ ਪਾਇਆ ਸੀ ਆਪਾਂ ਨੇ ਤੇ ਉਹਦੇ ਵਿੱਚ ਮੈਂ ਇੱਕ ਦਿਖਾਇਆ ਸੀ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਚੱਕਰ ਬਣਿਆ ਹੋਇਆ ਉਹ ਸਿਰਫ ਇੱਕ ਕਾਰਨਰ ਮਤਲਬ ਇੱਕ ਪਾਸੇ ਬਣਿਆ ਹੋਇਆ ਉਹ ਬਾਈ ਨਿਰਮੋਲਕ ਸਿੰਘ ਜਵੰਦਾ ਉਹਨਾਂ ਨੇ ਕਮੈਂਟਾਂ ਦੇ ਵਿੱਚ ਦੱਸਿਆ ਹੈਗਾ ਵੀ ਭਾਈ ਉੱਥੇ ਮੱਸਾ ਰੰਗੜ ਦਾ ਸਿਰ ਮਤਲਬ ਸਿਰ ਵੱਢਿਆ ਗਿਆ ਸੀ ਭਾਈ ਸੁੱਖਾ ਅਤੇ ਭਾਈ ਮਹਿਤਾਬ ਅਤੇ ਬਾਕੀ ਮੈਂ ਜਿਹੜਾ ਬਾਈ ਨੇ ਕਮੈਂਟ ਕਰਿਆ ਸੀ ਉਹ ਮੈਂ ਪੋਸਟ ਜ਼ਰੂਰ ਕਰੂੰਗਾ ਅਤੇ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਤੁਸੀਂ ਵੀ ਇੱਦਾਂ ਦੀਆਂ ਜਾਣਕਾਰੀਆਂ ਦੇਣ ਵਾਸਤੇ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਵੀ ਕਿੱਦਾਂ ਦਾ ਲੱਗਿਆ ਇਹ ਬਲੌਗ ਫਾਈਨਲੀ ਪਹੁੰਚ ਚੁੱਕੇ ਹਾਂ ਧੂਰੀ ਅਤੇ ਜੇ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨ ਅਤੇ ਮਿਲਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹਾਂ ਜੀ ਕਿੱਦਾਂ ਲੱਗਿਆ ਪਹੁੰਚ ਗਏ ਆਪਾਂ ਵਾਪਸ ਓਕੇ ਮਿਲਦੇ ਹਾਂ ਜੀ ਫਿਰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਤੇ ਜੇ ਵਲੌਗ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨਾ ਅਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ।